ਸਤਿ ਸ਼੍ਰੀ ਅਕਾਲ ਜੀ, ਪੰਜਾਬ ਪਲੱਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਆਕਾਂਕਸ਼ਾ ਸੋਰਾ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ, ਚੰਗੇ ਹੋਵੋਗੇ। ਸੋ ਅਸੀਂ ਦੇਖ ਕੇ ਹਟੇ ਹਾਂ ਜੀ ਫੁਰਤੀਲਾ ਫਿਲਮ ਜੱਸੀ ਗਿੱਲ ਜੀ ਦੀ। ਜੱਸੀ ਗਿੱਲ ਦੇ ਵਿੱਚ ਅਮਾਇਰਾ ਦਸਤੂਰ ਜੀ ਮੁੱਖ ਕਿਰਦਾਰ 'ਤੇ ਨਜ਼ਰ ਆਉਣਗੇ ਅਤੇ ਓਟ ਫਿਲਮ ਪ੍ਰੋਡਕਸ਼ਨਸ ਦੇ ਹੇਠ ਇਹ ਫਿਲਮ ਜਿਹੜੀ ਹੈ ਰਿਲੀਜ਼ ਹੋਈ ਹੈ। ਅਮਰ ਹੁੰਦਲ ਜੀ ਨੇ ਡਾਇਰੈਕਟ ਕੀਤੀ ਹੈ। ਅਮਾਇਰਾ ਦਸਤੂਰ ਜੱਸੀ ਗਿੱਲ ਜੀ ਮੁੱਖ ਕਿਰਦਾਰ 'ਤੇ ਨਜ਼ਰ ਆ ਰਹੇ ਨੇ ਅਤੇ ਉਹਨਾਂ ਦਾ ਸਾਥ ਨਿਭਾਇਆ ਹੈ ਬਾਕੀ ਸਾਡੇ ਪੰਜਾਬੀ ਇੰਡਸਟਰੀ ਦੇ ਕਈ ਦਿੱਗਜ ਕਲਾਕਾਰਾਂ ਨੇ, ਜਿਵੇਂ ਕਿ ਬਲਵਿੰਦਰ ਬੁਲਟ ਜੀ, ਪ੍ਰਦੀਪ ਚੀਮਾ ਜੀ, ਗੁਰਦੀਪ ਮਨਾਲੀਆ ਜੀ, ਹਨੀ ਮੱਟੂ ਜੀ, ਨਵਦੀਸ਼ ਅਰੋੜਾ, ਹਰਸਿਮਰਨ ਓਬਰਾਏ ਅਤੇ ਹੋਰ ਵੀ ਕਈ ਸਾਡੇ ਪੰਜਾਬੀ ਸਿਨੇਮਾ ਦੇ ਦਿੱਗਜ ਕਲਾਕਾਰ ਜਿਵੇਂ ਕਿ ਸੀਮਾ ਕੌਸ਼ਲ ਜੀ। ਅਤੇ ਜਦੋਂ ਅਸੀਂ ਇਸ ਫਿਲਮ ਨੂੰ ਦੇਖ ਕੇ ਹਟੇ ਹਾਂ ਔਰ ਬਾਹਰ ਆਏ ਹਾਂ, ਮੇਰਾ ਸਭ ਤੋਂ ਪਹਿਲੇ ਮਨ ਸੀਗਾ ਕਿ ਮੈਂ ਤੁਹਾਨੂੰ ਔਨੈਸਟ ਰਿਵਿਊ ਦੇਣੇ ਹੈ, ਜੈਨੂਇਨ ਰਿਵਿਊ ਦੱਸਣੇ ਹੈ। ਸੋ ਫਿਲਮ ਦੀ ਗੱਲ ਕਰੀਏ ਤਾਂ ਟ੍ਰੇਲਰ ਦੇਖ ਕੇ ਸਾਨੂੰ ਅੰਦਾਜ਼ਾ ਲੱਗ ਹੀ ਗਿਆ ਸੀਗਾ ਕਿ ਇਹ ਫਿਲਮ ਜਿਹੜੀ ਹੈ ਫੁਰਤੀਲਾ ਯਾਨੀ ਕਿ ਜੱਸੀ ਗਿੱਲ ਜੀ ਦੀ ਲਵ ਸਟੋਰੀ ਦੇ ਇਰਦ ਗਿਰਦ ਹੋਣ ਵਾਲੀ ਹੈ। ਫੁਰਤੀਲਾ ਇੱਕ ਅਜਿਹਾ ਕਿਰਦਾਰ ਜਿਹੜਾ ਬੜਾ ਹੀ ਸਿੰਪਲ ਹੈ, ਇਸ ਚਲਾਕੀ ਭਰੀ ਦੁਨੀਆ ਨਾਲੋਂ ਥੋੜ੍ਹਾ ਜਿਹਾ ਬੀਬਾ, ਥੋੜ੍ਹਾ ਜਿਹਾ ਨਾਈਸ, ਜਿਵੇਂ ਕਹਿ ਲਓ ਕਿ ਭੋਲਾ ਹੈ, ਇਨੋਸੈਂਟ ਹੈ, ਜਿਹਨੂੰ ਹਾਲੇ ਕੋਈ ਚਲਾਕੀਆਂ ਨਹੀਂ ਪਤਾ। ਅਤੇ ਉਸਦੀ ਇੱਕ ਕਹਾਣੀ ਹੋਣ ਵਾਲੀ ਹੈ ਜਿਹੜਾ ਕਿ ਨੂਰ ਨਾਮ ਦੀ ਕੁੜੀ ਨੂੰ ਬੜਾ ਪਿਆਰ ਕਰਦਾ ਹੈ। ਟ੍ਰੇਲਰ ਦੇਖ ਕੇ ਸਾਨੂੰ ਲੱਗ ਹੀ ਗਿਆ ਸੀ ਪਤਾ। ਹੁਣ ਉਹਦੇ ਵਿੱਚ ਨਵਦੀਸ਼ ਅਰੋੜਾ ਦਾ ਕੈਰੈਕਟਰ ਜਿਹੜਾ ਅਸੀਂ ਟ੍ਰੇਲਰ 'ਚ ਵੀ ਅੰਦਾਜ਼ਾ ਲਗਾਇਆ ਕਿ ਇੱਕ ਥਰਡ ਕੈਰੈਕਟਰ ਇਹਨਾਂ ਦੇ ਵਿੱਚ ਆਏਗਾ ਅਤੇ ਟ੍ਰਾਇੰਗਲ ਹੋ ਜਾਏਗੀ ਲਵ ਸਟੋਰੀ। ਸੋ ਇਹ ਟ੍ਰਾਇੰਗਲ ਲਵ ਸਟੋਰੀ ਕਿੱਦਾਂ ਅਖੀਰ ਦੇ ਵਿੱਚ ਹੈਪੀ ਐਂਡਿੰਗ ਹੁੰਦੀ ਹੈ ਨਹੀਂ ਹੁੰਦੀ, ਇਸੇ ਦੀ ਕਹਾਣੀ ਹੈ ਜੀ ਫੁਰਤੀਲਾ। ਔਰ ਕਿਵੇਂ ਇੱਕ ਇਨੋਸੈਂਟ ਜੇ ਇਨਸਾਨ ਨੂੰ ਉਹਦਾ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਮਿਲੇਗਾ, ਫੁਰਤੀਲਾ ਉਸੇ ਦੀ ਕਹਾਣੀ ਹੈ। ਫਿਲਮ ਸ਼ੁਰੂ ਹੁੰਦੀ ਹੈ ਜੀ ਨੂਰ 'ਤੇ ਕ੍ਰਸ਼ ਰੱਖਦੇ ਹੋਏ, ਨੂਰ ਨੂੰ ਸਾਇਲੈਂਟਲੀ ਸੀਕਰੇਟਲੀ ਪਿਆਰ ਕਰਦੇ ਹੋਏ ਫੁਰਤੀਲੇ ਦੀ ਕਹਾਣੀ। ਤੋਂ ਫੁਰਤੀਲਾ ਜਿਹੜਾ ਕਿ ਇੱਕ ਬੜਾ ਹੀ ਭੋਲਾ ਜਿਹਾ ਇਨਸਾਨ ਹੈ ਜਿਹਦੇ ਦੋਸਤ ਯਾਰ ਮਿੱਤਰ ਬੜੇ ਚੰਗੇ ਨੇ, ਜਿਹੜੇ ਕਿਰਦਾਰ ਨਿਭਾਏ ਨੇ ਪ੍ਰਦੀਪ ਚੀਮਾ ਜੀ ਨੇ, ਕਵੀ ਜੀ ਨੇ, ਗੁਰਦੀਪ ਮਨਾਲੀਆ ਜੀ ਨੇ, ਹਨੀ ਮੱਟੂ ਜੀ ਨੇ ਅਤੇ ਬਲਵਿੰਦਰ ਬੁਲਟ ਜੀ ਬਹੁਤ ਇੱਕ ਅਹਿਮ ਕਿਰਦਾਰ ਦੇ ਵਿੱਚ ਫੁਰਤੀਲਾ ਦੀ ਲਾਈਫ ਦੇ ਵਿੱਚ ਨਜ਼ਰ ਆ ਰਹੇ ਨੇ। ਸੋ ਇਹ ਜਿਹੜੇ ਦੋਸਤ ਹੈ ਫੁਰਤੀਲੇ ਨੂੰ ਬੜਾ ਪਿਆਰ ਕਰਦੇ ਨੇ, ਲੇਕਿਨ ਫੁਰਤੀਲਾ ਪਿਆਰ ਕਰਦਾ ਹੈ ਨੂਰ ਨੂੰ। ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਹੋਇਆ, ਆਪਣੇ ਯਾਰਾਂ ਦੀ ਮਦਦ ਲੈਂਦਾ ਹੋਇਆ ਕਿਸ ਤਰ੍ਹਾਂ ਉਹਨੂੰ ਆਪਣਾ ਪਿਆਰ ਜਿਤਾਏਗਾ, ਲੇਕਿਨ ਫਿਰ ਆਪਾਂ ਜਿਵੇਂ ਕਿ ਟ੍ਰੇਲਰ ਦੇ ਵਿੱਚ ਵੀ ਦੇਖਿਆ ਕਿ ਇੱਕ ਕਹਾਣੀ ਦੇ ਵਿੱਚ ਐਂਟਰ ਹੋਏਗਾ ਸਾਡਾ ਪ੍ਰੇਮ ਯਾਨੀ ਕਿ ਨਵਦੀਸ਼ ਅਰੋੜਾ ਦਾ ਕਰੈਕਟਰ। ਹੁਣ ਪ੍ਰੇਮ ਇਹਨਾਂ ਦੋਨਾਂ ਦੇ ਪਿਆਰ ਦੇ ਵਿੱਚ ਕਿੱਦਾਂ ਆਏਗਾ, ਉਸੇ ਦੀ ਕਹਾਣੀ ਹੈ। ਅਗਰ ਕੌਮੇਡੀ ਦੀ ਗੱਲ ਕਰੀਏ ਤਾਂ ਕੌਮੇਡੀ ਤਾਂ ਭਰਪੂਰ ਹੈ ਫਿਲਮ ਦੇ ਵਿੱਚ, ਲੇਕਿਨ ਟ੍ਰੇਲਰ ਤੋਂ ਹਟ ਕੇ ਕੁਝ ਇਹੋ ਜਿਹੇ ਸਸਪੈਂਸ ਔਰ ਇਹੋ ਜਿਹੇ ਨਵੇਂ ਪੈਕੇਜਿਸ ਦੇ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਵੋਗੇ। ਸੀਮਾ ਕੌਸ਼ਲ ਜੀ ਦਾ, ਪ੍ਰਦੀਪ ਚੀਮਾ ਜੀ ਦਾ ਜੋ ਇੱਕ ਕਿਰਦਾਰ ਹੈ ਜਾਂ ਜੋ ਫੁਰਤੀਲੇ ਦੀ ਪ੍ਰਦੀਪ ਚੀਮਾ ਜੀ ਦੇ ਕਿਰਦਾਰ ਦੇ ਨਾਲ ਇੱਕ ਅਟੈਚਮੈਂਟ ਹੈ ਜਾਂ ਉਹ ਜੋ ਮੈਸੇਜ ਦਿੱਤਾ ਗਿਆ ਉਸਦੇ ਵਿੱਚ, ਉਹ ਇੱਕ ਡਿਫਰੈਂਟ ਪੈਕੇਜ ਹੈ, ਉਹ ਦੇਖਣ ਲਾਇਕ ਹੈਗਾ। ਯਾਰੀ ਦੀ ਗੱਲ ਹੈ, ਦੋਸਤੀ ਦੀ ਗੱਲ ਹੈ, ਇਮੋਸ਼ਨਸ ਦੀ, ਪਿਆਰ ਦੀ, ਮੈਸੇਜਿਸ ਥਾਂ ਥਾਂ 'ਤੇ ਬਹੁਤ ਸੋਹਣੇ ਮੈਸੇਜਿਸ ਨੇ। ਕੌਮੇਡੀ ਇੰਨੀ ਜ਼ਿਆਦਾ ਹੈ ਕਿ ਤੁਸੀਂ ਹਰ ਸੀਨ ਨੂੰ ਫੁੱਲਫਿਲੀ ਇੰਜੋਏ ਕਰ ਪਾਓਗੇ। ਉਸ ਤੋਂ ਇਲਾਵਾ ਮਿਊਜ਼ਿਕ, ਜੱਸੀ ਗਿੱਲ ਜੀ ਦੀ ਪਿੱਛੇ ਆਵਾਜ਼ ਹੋਵੇ ਔਰ ਸਾਹਮਣੇ ਜੱਸੀ ਗਿੱਲ ਜੀ ਇੰਨੀ ਬਾ ਕਮਾਲ ਅਦਾਕਾਰੀ ਕਰ ਰਹੇ ਹੋਣ, ਪਲੱਸ ਹਰਸਿਮਰਨ ਓਬਰਾਏ ਦਾ ਇੱਕ ਬੜਾ ਹੀ ਪਿਆਰਾ ਕਿਰਦਾਰ ਹੈ। ਜਦੋਂ ਤੁਸੀਂ ਨੂਰ ਦੇ ਨਾਲ ਹਰਸਿਮਰਨ ਦੀ ਬੌਂਡਿੰਗ ਦੇਖੋਗੇ ਯਾਨੀ ਕਿ ਅਮਾਇਰਾ ਨੂੰ ਔਨ ਸਕਰੀਨ ਤੁਸੀਂ ਹਰਸਿਮਰਨ ਦੇ ਨਾਲ ਦੇਖੋਗੇ ਤਾਂ ਨੂਰ ਅਤੇ ਸੁੱਖ ਦੀ ਦੋਸਤੀ ਤੁਹਾਨੂੰ ਮੈਨੂੰ ਲੱਗਦਾ ਸਾਰੀ ਕੁੜੀਆਂ ਨੂੰ ਯਾਦ
ਯਾਦ ਰਹੇਗੀ ਇੱਕ ਲੰਬੇ ਅਰਸੇ ਤੱਕ। ਸੋ ਜੀ, ਮੈਨੂੰ ਲੱਗਦਾ ਕਿ ਫੁਰਤੀਲਾ ਇੱਕ ਓਵਰਆਲ ਪੈਕੇਜ ਹੈ ਕਿ ਕਿਸ ਤਰੀਕੇ ਨਾਲ ਫੁਰਤੀਲੇ ਦੀ ਲਵ ਸਟੋਰੀ ਦੇ ਵਿੱਚ ਇੱਕ ਵਿਲਨ ਵੀ ਆਏਗਾ, ਲਵ ਸਟੋਰੀ ਦੇ ਵਿੱਚ ਟ੍ਰਾਇੰਗਲ ਵੀ ਬਣੇਗਾ, ਇੱਕ ਕਹਾਣੀ ਹੈਪੀ ਐਂਡਿੰਗ ਹੈ, ਸੈਡ ਐਂਡਿੰਗ ਹੈ, ਉਹ ਵੀ ਤੁਹਾਨੂੰ ਆ ਕੇ ਸਿਨੇਮਾ ਘਰ ਦੇ ਵਿੱਚ ਹੀ ਦੇਖਣਾ ਪਏਗਾ ਕਿ ਨੂਰ ਆਖਿਰਕਾਰ ਫੁਰਤੀਲੇ ਨੂੰ ਮਿਲੇਗੀ ਜਾਂ ਨਹੀਂ। ਫਿਲਮ ਦੇ ਵਿੱਚ ਇਮੋਸ਼ਨਸ ਹੈ, ਡਰਾਮਾ ਹੈ, ਮੈਸੇਜਿਸ ਹੈ, ਕੌਮੇਡੀ ਭਰਪੂਰ ਹੈ, ਔਰ ਸੋਨੇ ਅਤੇ ਸੁਹਾਗਾ ਔਰ ਸਭ ਤੋਂ ਜ਼ਿਆਦਾ ਜਿਹੜੀ ਅਟਰੈਕਟਿਵ ਇਸ ਫਿਲਮ ਦੇ ਵਿੱਚ ਗੱਲ ਹੈ ਉਹ ਹੈਗੀ ਹੈ ਜੀ ਜੱਸੀ ਗਿੱਲ ਔਰ ਅਮਾਇਰਾ ਜੀ ਦੀ ਪਰਫੋਰਮੈਂਸ ਔਰ ਸਾਰੇ ਕਿਰਦਾਰਾਂ ਦਾ ਕੰਮ। ਸਾਰੇ ਕਿਰਦਾਰਾਂ ਨੇ ਕੰਮ ਇੰਨਾ ਸੋਹਣਾ ਕੀਤਾ ਤਾਂ ਮੈਨੂੰ ਲੱਗਦਾ ਡਾਇਰੈਕਸ਼ਨ ਦੀ ਅਗਰ ਮੈਂ ਗੱਲ ਕਰਾਂ, ਸਕਰੀਨ ਪਲੇ ਦੀ ਗੱਲ ਕਰਾਂ, ਮਿਊਜ਼ਿਕ ਦੀ ਮੈਂ ਗੱਲ ਕਰਾਂ, ਐਕਟਿੰਗ ਦੀ ਗੱਲ ਕਰਾਂ, ਪਲੱਸ ਸਕਰੀਨ ਪਲੇ ਦੀ ਜਾਂ ਓਵਰਆਲ ਸਟੋਰੀ ਐਂਡ ਫਿਲਮ ਦੇ ਕੋਨਸੈਪਟ ਦੀ ਗੱਲ ਕਰਾਂ, ਤਾਂ ਮੈਨੂੰ ਲੱਗਦਾ ਇਸ ਫਿਲਮ ਨੂੰ 5 ਵਿੱਚੋਂ 5 ਸਟਾਰ ਮਿਲਣੇ ਹੀ ਚਾਹੀਦੇ ਨੇ। ਸੋ ਪੰਜਾਬ ਪਲੱਸ ਟੀਵੀ ਦੇਖਦੇ ਰਹੋ ਜੀ, ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਸਤਿ ਸ਼੍ਰੀ ਅਕਾਲ।